ਖੂਨ ਖੂਨ ਖੂਨ, ਦੀਵਾਰਾਂ ਤੇ ਫਰਸ਼ ਤੇ ਖੂਨ ਹੀ ਖੂਨ। ਹਸਪਤਾਲ ਦੀਆਂ ਇਹ ਤਸਵੀਰਾਂ ਹੈਰਾਨ ਕਰ ਰਹੀਆਂ ਨੇ ਤੇ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੀਆਂ ਨੇ। ਦਰਅਸਲ ਇੱਕ ਨੌਜਵਾਨ ਆਪਣੇ ਘਰ ਦੇ ਬਜ਼ੁਰਗ ਨੂੰ ਇਸ ਹਸਪਤਾਲ 'ਚ ਦਾਖਲ ਕਰਵਾਉਣ ਆਇਆ ਸੀ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਬਜ਼ੁਰਗ ਨੂੰ ਛੱਡ ਆਪ ਭਰਤੀ ਹੋਣਾ ਪੈ ਜਾਵੇਗਾ। ਦਰਅਸਲ ਸੀਸੀਟੀਵੀ ਤਸਵੀਰ ਦਿਖਾ ਰਹੇ ਹਾਂ ਜਿਸ 'ਤੇ ਕੁਝ ਨੌਜਵਾਨ ਮੁੰਡੇ ਤੁਹਾਨੂੰ ਲੜਦੇ ਹੋਏ ਦਿਖਾਈ ਦੇ ਰਹੇ ਹੋਣਗੇ। ਜਦ ਬਜ਼ੁਰਗ ਨੂੰ ਲੈ ਕੇ ਇੱਕ ਨੌਜਵਾਨ ਹਸਪਤਾਲ 'ਚ ਪਹੁੰਚਿਆ ਤਾਂ ਉਸਦੇ ਮਗਰ ਮਗਰ ਉਸਦੇ ਵਿਰੋਧੀ ਆ ਗਏ, ਜਿਸ ਤੋਂ ਬਾਅਦ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਵੀ ਸੱਦ ਲਿਆ ਅਤੇ ਦੋ ਤਰ੍ਹਾਂ ਦੀ ਹਸਪਤਾਲ ਦੇ ਅੰਦਰ ਲੜਾਈ ਹੋਈ। ਤਿੱਖੀਆਂ ਤਲਵਾਰਾਂ ਚੱਲੀਆਂ, ਗੰਡਾਸੇ ਚੱਲੇ, ਇੱਕ ਦੂਜੇ ਦੇ ਸਿਰ ਵੀ ਪਾੜੇ ਗਏ ਨੇ। ਹਸਪਤਾਲ ਪ੍ਰਸ਼ਾਸਨ ਦੇਖਦਾ ਹੀ ਰਹਿ ਗਿਆ। ਸਿਕਿਉਰਿਟੀ ਗਾਰਡ ਵੀ ਘੱਟ ਹੋਣ ਦੇ ਕਾਰਨ, ਨੌਜਵਾਨ ਵੱਧ ਹੋਣ ਦੇ ਕਾਰਨ ਇਹ ਲੜਾਈ ਵੱਧਦੀ ਹੀ ਗਈ। ਦੇਖ ਸਕਦੇ ਹੋ ਤਸਵੀਰਾਂ, ਬੀਤੀ ਰਾਤ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਜੀਰਾ ਦੇ ਕੱਚਾ ਗਾਦੜੀ ਵਾਲਾ ਰੋਡ ਦੇ ਉੱਤੇ ਇੱਕ ਪ੍ਰਾਈਵੇਟ ਹਸਪਤਾਲ ਦੇ ਅੰਦਰ ਦੋ ਧਿਰਾਂ ਆਪਸ ਦੇ ਵਿੱਚ ਟਕਰਾ ਗਈਆਂ। ਦਰਅਸਲ ਦੋਹਾਂ ਧਿਰਾਂ ਦਾ ਪਹਿਲਾਂ ਤੋਂ ਕੋਈ ਮਾਮਲਾ ਚੱਲਦਾ ਆ ਰਿਹਾ ਸੀ, ਜਿਸ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲੀ ਜਾਂਦੀ ਸੀ ਅਤੇ ਹੁਣ ਹਸਪਤਾਲ ਦੇ ਅੰਦਰ ਇਹ ਦੋ ਤਰਾਮੋ ਸਾਹਮਣੇ ਹੋਈਆਂ, ਜਿਸ ਕਰਕੇ ਪੂਰੇ ਹਸਪਤਾਲ 'ਚ ਖੂਨ ਹੀ ਖੂਨ ਹੋ ਗਿਆ। ਫਰਸ਼ ਹੋਵੇ, ਦੀਵਾਰ ਹੋਵੇ, ਬੈਂਚ ਹੋਵੇ, ਸਾਰੇ ਪਾਸੇ ਖੂਨ ਹੀ ਖੂਨ। ਇਹ ਖੂਨ ਇਹਨਾਂ ਨੌਜਵਾਨਾਂ ਦਾ ਹੈ ਜੋ ਹਸਪਤਾਲ ਦੇ ਬੈੱਡ 'ਤੇ ਲੰਮੇ ਪਏ ਹੋਏ ਨੇ। ਦਰਅਸਲ ਇਹਨਾਂ ਦੀ ਲੜਾਈ ਹੋਈ ਸੀ ਦੋ ਤਰ੍ਹਾਂ ਦੀ ਆਪਸ ਦੇ ਵਿੱਚ, ਜਿਸ ਤੋਂ ਬਾਅਦ ਲੜਾਈ ਹੋਈ ਅਤੇ ਖੂਨ ਖਰਾਬਾ ਹੋਇਆ। ਆਓ, ਪੁਲਿਸ ਦਾ ਕੀ ਕਹਿਣਾ ਇਸ ਉੱਪਰ, ਕਿਹਨਾਂ 'ਤੇ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ, ਕੌਣ ਨੇ ਸ਼ਖਸ ਜੋ ਹਸਪਤਾਲ ਦੇ ਅੰਦਰ ਲੜ ਰਹੇ ਨੇ, ਜਾਣਦੇ ਹਾਂ। ਬਾਕੀ ਜਿਹੜਾ ਇਹਦਾ ਵੈਰੀਫਾਈ ਕਰਨਾ ਹੈ, ਜਿਹੜੀ ਵੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਦੇ ਨਾਲ ਜਿਹੜੀ ਕਾਨੂੰਨੀ ਕਾਰਵਾਈ। ਨਹੀਂ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ, ਬਿਲਕੁਲ ਸ਼ਾਂਤ ਚੱਲਣ ਡਿਆ। ਇਹਨਾਂ ਦਾ ਪਿਛਲਾ ਆਪਦਾ ਪੁਰਾਣੀ ਇਹਨਾਂ ਦੀ ਰਜਿਸਟਰੀ ਚੱਲਦੀ ਆ, ਉਹਦੇ ਕਰਕੇ ਇਹਨਾਂ ਦੀ ਲੜਾਈ ਹੋਈ ਹੈ। ਬਾਕੀ ਜਿਹੜਾ ਵੀ ਕੋਈ ਕਾਨੂੰਨ ਹੱਥ 'ਚ ਲਊਗਾ ਉਹਦੇ ਉਲਟ ਜਿਹੜੀ ਬਣਦੀ ਕਾਰਵਾਈ। ਇੱਕ ਘੰਟੇ ਪਹਿਲਾਂ ਮੇਰੇ ਕੋਲ ਇੱਕ ਮਾਤਾ ਜੀ ਇਲਾਜ ਕਰਵਾਉਣ ਆਏ ਸੀ ਜੀਰੇ ਸ਼ਹਿਰ ਤੋਂ, ਅਤੇ ਰਿਪੋਰਟ ਦੇ ਮੁਤਾਬਕ ਉਹਨਾਂ ਨਾਲ ਦਰਸ਼ਨਾ ਰਾਣੀ, ਉਹਨਾਂ ਦੇ ਨਾਲ ਇੱਕ ਲੜਕਾ ਆਇਆ ਹੋਇਆ ਸੀਗਾ, ਉਹਦੀ ਉਮਰ ਲਗਭਗ 17-18 ਸਾਲਾਂ ਦੀ ਹੋਏਗੀ। ਮੈਂ ਇੱਕ ਪੇਸ਼ੈਂਟ ਦੇਖ ਰਿਹਾ ਸੀਗਾ, ਕੁਦਰਤੀ ਉਸ ਲੜਕੇ ਨੂੰ ਮਾਰਨ ਵਾਸਤੇ ਬੜੇ ਲੜਕੇ ਇਕੱਠੇ ਹੋ ਗਏ, ਅਤੇ ਬਾਅਦ ਦੇ ਵਿੱਚ ਉਹ ਲੜਕੇ ਦੇ ਨਾਲ ਵੀ ਕੁਝ ਮੁੰਡੇ, ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਗੈਂਗਵਾਰ ਸੀ ਕਿ ਕੀ ਸੀ, ਉਹ ਆਪਸ ਦੇ ਵਿੱਚ ਭਿੜੇ। ਦੋਨਾਂ ਦੇ ਹੱਥਾਂ ਦੇ ਵਿੱਚ ਕਾਫੀ ਹਥਿਆਰ ਸੀਗੇ ਅਤੇ ਕਾਫੀ ਨੁਕਸਾਨ ਹੋਇਆ, ਹੋਸਪਿਟਲ ਦਾ ਵੀ ਬਹੁਤ ਨੁਕਸਾਨ ਕਰਕੇ ਗਏ। ਪੁਲਿਸ ਨੂੰ ਵੀ ਅਸੀਂ ਕੋਲ ਕਰ ਦਿੱਤੀ ਹੈ,